ਕੱਲ ਪੱਛਮੀ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਕੂਨ ਪ੍ਰਦਰਸ਼ਨ ਕਰ ਰਹੇ ਸੀ ਤੇ ਉੱਥੇ ਇੱਕ ਆਈਪੀਐਸ ਪੁਲਿਸ ਅਧਿਕਾਰੀ ਸੀ ਜੋ ਕਿ ਸਿੱਖ ਸੀ ਉਸ ਨੂੰ ਇੱਕ ਨੇਤਾ ਵੱਲੋਂ ਖਾਲਿਸਤਾਨੀ ਕਿਹਾ ਗਿਆ ਉਸ ਦੇ ਤੋਂ ਬਾਅਦ ਉਹ ਰਿਐਕਟ ਕਰਦਾ ਹੈ ਤੇ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਵੀ ਇਸ ਦਾ ਵਿਰੋਧ ਸ਼ੁਰੂ ਹੋ ਚੁੱਕਿਆ ਹੈ ਜਲੰਧਰ ਦੀ ਸਿੱਖ ਤਾਲਮਿਲ ਕਮੇਟੀ ਵੀ ਇਸ ਦਾ ਵਿਰੋਧ ਕਰ ਰਹੀ ਹੈ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਰਪਾਲ ਚੱਡਾ ਜੀ ਨਾਲ ਚੱਡਾ ਸਾਹਿਬ ਕੀ ਵਿਰੋਧ ਹੈ ਤੁਹਾਡਾ ਕੀ ਕਹਿਣਾ ਹੈ ਪਹਿਲਾਂ ਤਾਂ ਮੈਂ ਆਪ ਜੀ ਦੇ ਜਿੰਨੇ ਸਰੋਤੇ ਇਸ ਚੈਨਲ ਰਾਹੀਂ ਸਾਨੂੰ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਉਹਨਾਂ ਨੂੰ ਫਤਿਹ ਬੁਲਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਹਕੀਕਤ ਇਹ ਸਚਾਈ ਇਹ ਹੈ ਵੀ ਜਿਹੜੀ ਇੱਕ ਭਾਜਪੀ ਦੇ ਪਿੱਛੇ ਜਿਹੜੀ ਇੱਕ ਆਰਐਸਐਸ ਦੀ ਇੱਕ ਸੋਚ ਹੈ ਨਾ ਉਹ ਜਿਹੜੀ ਆਰਐਸਐਸ ਦੀ ਸੋਚ ਹੈ ਉਹ ਡੋਨਟ ਸੇ ਓਨਲੀ ਫਾਰ ਸਿੱਖ ਉਹ ਸਾਰੇ ਦੇ ਸਾਰੇ ਮਿਨਿਓਰਿਟੀ ਦੇ برخلاف ਨੇ ਉਹਨੋਂ ਮਿਨੋਰਟੀ ਦੇ ਵਿੱਚ ਸਿੱਖ ਵੀ ਆਂਦਾ ਹੈ ਮੁਸਲਮਾਨ ਵੀ ਆਂਦਾ ਹੈ ਹੋਰ ਵੀ ਕਈ ਜਿਹੜੇ ਧਰਮ ਨੇ ਉਹ ਮਿਨੋਰਟੀ ਚ ਆਂਦੇ ਨੇ ਇਹਨਾਂ ਦੀ ਜਿੰਨੀਆਂ ਵੀ ਜੜੀਆਂ ਸਿਖਾਵਾਂ ਲੱਗਦੀਆਂ ਨੇ ਨਾ ਉਹਨਾਂ ਸਿਖਾਵਾਂ ਦੇ ਵਿੱਚ ਹਿੰਦੂਤਵ ਦੀ ਗੱਲ ਜਾਂ ਹਿੰਦੂ ਰਾਸ਼ਟਰ ਦੀ ਗੱਲ ਅੱਜ ਵੇਖੋ ਉਸ ਉਹ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਜਿੰਨੇ ਉਹ ਵਰਕਰ ਹੈ ਜਾਂ ਉਹ ਹੈ ਨੇਤਾ ਹੈ ਉਹ ਐਮ ਐਲ اے ਹੈ ਇੱਕ ਐਮ ਐਲ اے ਇੱਕ ਇਲੈਕਟਿਡ ਜਿਹੜੀ ਕਿ ਸਰਕਾਰ ਦੇ ਵਿੱਚ ਜਦੋਂ ਐਮ ਐਲ اے ਇਲੈਕਟਿਡ ਹੁੰਦੇ ਨੇ ਜਾਂ ਜਦੋਂ ਕੋਈ ਚੋਣਾਂ ਹੁੰਦੀਆਂ ਨੇ ਤੇ ਉਹ ਪਬਲਿਕ ਨੂੰ ਨਾਲ ਲੈ ਕੇ ਚੱਲਣ ਵਾਸਤੇ ਪਬਲਿਕ ਦੀ ਸੇਵਾ ਕਰਨ ਵਾਸਤੇ ਉਹਨਾਂ ਨੂੰ ਇੱਕ ਚੁਣ ਕੇ ਨੁਮਾਇੰਦਾ ਬਣਾ ਕੇ ਤੇ ਉਹਨਾਂ ਨੂੰ ਵਿਧਾਨ ਸਭਾ ਚ ਭੇਜਦੇ ਹੁਣ ਜਦੋਂ ਉਹ ਉਸੇ ਹੀ ਐਮਐਲਏ ਨੇ ਜਾਂ ਹੋਰ ਬੀਜੇਪੀ ਦੇ ਜਿੰਨੇ ਵਰਕਰ ਨੇ ਜਿਹੜੀਆਂ ਉਹ ਸ਼ਖਾਵਾਂ ਦੇ ਵਿੱਚ ਜਿਹੜਾ ਉਹ ਭਾਗ ਲੈਂਦੇ ਨੇ ਉੱਥੋਂ ਉਹਨਾਂ ਨੂੰ ਡੇ 1 ਤੋਂ ਸਟਾਰਟਿੰਗ ਤੋਂ ਹੀ ਜਿਹੜਾ ਉਹ ਮਿਨੋਰਟੀ ਦੇ ਅਗੇਂਸਟ ਉਹਨਾਂ ਦੇ ਦਿਮਾਗ 'ਚ ਉਹ ਗੱਲਾਂ ਭਰੀਆਂ ਜਾਂਦੀਆਂ ਹੁਣ ਰਹਿ ਗਈ ਗੱਲ ਵੀ ਬਤੌਰ ਸਿੱਖ ਦੇਖੋ ਇੱਕ ਆਈਪੀਐਸ ਅਫਸਰ ਆਈਪੀਐਸ ਕੋਣ ਹੈ ਜਿਹਨੂੰ ਸੈਂਟਰ ਦੀ ਗਵਰਨਮੈਂਟ ਇੱਕ ਆਈਪੀਐਸ ਅਪਾਇੰਟ ਕਰਦੀ ਹੈ ਜਿਹੜਾ ਕਿ ਇੱਕ ਗ੍ਰਹਿ ਮੰਤਰੀ ਦੇ ਅੰਡਰ ਸਾਰਾ ਕੁਝ ਚੱਲਦਾ ਹੈ ਹੁਣ ਗ੍ਰਹਿ ਮੰਤਰੀ ਕੋਣ ਅਮਿਤ ਸ਼ਾਹ ਸਰਕਾਰ ਕੀ ਦੀ ਬੀਜੇਪੀ ਦੀ ਸਾਰਾ ਕੁਝ ਉਹਨਾਂ ਦੇ ਹੋਣ ਦੇ ਬਾਵਜੂਦ ਅੱਜ ਅੱਜ ਇੱਕ ਸਿੱਖ ਆਈਪੀਐਸ ਅਫਸਰ ਨੂੰ ਜੇ ਕੋਈ ਖਾਲਸਤਾਨੀ ਕਹਿ ਕੇ ਇੱਕ ਜੇ ਨੋਮੀਨੇਟ ਕਰਦਾ ਜਾਂ ਉਹਨੂੰ ਪਿੰਪੁਆਇੰਟ ਕਰਦਾ ਤੇ ਫਿਰ ਤੇ ਮੈਨੂੰ ਲੱਗਦਾ ਵੀ ਜਿੰਨੇ ਵੀ ਅਸੀਂ ਸਿੱਖ ਜੜੇ ਅਸੀਂ ਦਸਤਾਰਾਂ ਜਾਂ ਪੱਗਾਂ ਸਜਾਈ ਫਿਰਦੇ ਆ ਇਹਨਾਂ ਦੀਆਂ ਨਜ਼ਰਾਂ ਕਿ ਅਸੀਂ ਸਾਰੇ ਖਾਲਸਤਾਨੀ ਹਾਂ ਤੇ ਜੇ ਇਹਨਾਂ ਦੀਆਂ ਨਜ਼ਰਾਂ 'ਚ ਖਾਲਸਤਾਨੀਆਂ ਤਾਂ ਸਾਨੂੰ ਹੱਕ ਹੈ ਮਾਣ ਹੈ ਵੀ ਅਸੀਂ ਖਾਲਸਤਾਨੀ ਆ ਇਹ ਤੇ ਗੱਲ ਦਾ ਕੋਈ ਵजूद ਹੀ ਨਹੀਂ ਬਣਦਾ ਵੀ ਤੁਸੀਂ ਕਿਸੇ ਇੱਕ ਸਿੱਖ ਅਫਸਰ ਨੂੰ ਐਦਾਂ ਪਿੰਪੁਆਇੰਟ ਕਰਕੇ ਇਹ ਗੱਲਾਂ ਕਰੋ ਨਾਲੇ ਕੋਈ ਵੀ ਮਜ਼ਬ ਕਿਸੇ ਦਾ ਵੀ ਹੋਵੇ ਕਿਸੇ ਧਰਮ ਦਾ ਹੋਵੇ ਦੂਜੇ ਧਰਮ ਦੇ ਉੱਤੇ ਕਟਾਸ਼ ਕਰਨ ਦੇ ਲਈ ਦੂਜੇ ਧਰਮ ਦੇ ਉੱਤੇ ਕੋਈ ਵੀ ਉਂਗਲੀ ਉਠਾਉਣ ਲਈ ਕੋਈ ਕਿਸੇ ਨੂੰ ਅਲਾਉ ਨਹੀਂ ਕਰਦਾ ਭਾਵੇਂ ਉਹ Hindu ਧਰਮ ਹੈ ਭਾਵੇਂ ਉਹ Sikh ਧਰਮ ਹੈ ਭਾਵੇਂ Musalman ਧਰਮ ਹੈ ਹਰ ਇੱਕ ਦਾ ਫਰਜ਼ ਹੈ ਉਹ ਆਪਣੇ ਧਰਮ ਦੀ ਪਹਿਰੇਦਾਰੀ ਕਰੇ ਆਪਣੇ ਧਰਮ ਦੀ ਮਰਿਆਦਾ ਦੇ ਵਿੱਚ ਰਹਿ ਕੇ ਦੂਜੇ ਧਰਮ ਦਾ ਵੀ ਆਦਰ ਸਤਕਾਰ ਕਰੇ ਅੱਜ ਮਾਂ ਬੋਲੀ ਦਿਵਸ ਹੈ ਹੁਣ ਮਾਂ ਬੋਲੀ ਦਿਵਸ ਜਿਹੜਾ ਉਹ ਪੂਰੇ ਵਰਲਡ 'ਚ ਮਨਾਇਆ ਜਾ ਰਿਹਾ ਹੈ ਪਰ ਜੇ ਅਸੀਂ ਪੰਜਾਬ 'ਚ ਜਨਮੇ ਆ ਪੰਜਾਬ ਦੀ ਧਰਤੀ 'ਚ ਪੰਜਾਬ ਦੀ ਆਬੋ ਹਵਾ 'ਚ ਪੰਜਾਬ ਦੇ ਪਾਣੀ 'ਚ ਅਸੀਂ ਆਪਣਾ ਜੀਵਨ ਬਸਰ ਕਰ ਰਹੇ ਆ ਫਿਰ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਪੰਜਾਬੀ ਮਾਂ ਬੋਲੀ ਨੂੰ ਅਸੀਂ ਕਿੱਦਾਂ ਵਿਸਰ ਲਾਂਗੇ ਜੇ ਮੈਂ ਬਤੌਰ ਸਿੱਖ ਪੈਦਾ ਹੋਇਆ ਜਾਂ ਇੱਕ ਸਿੱਖ ਆਪਣੇ ਖਾਨਦਾਨ ਦੇ ਵਿੱਚ ਇੱਕ ਸਿੱਖ ਧਰਮ ਦੇ ਵਿੱਚ ਮੇਰਾ ਜਨਮ ਹੋਇਆ ਤੇ ਮੈਂ ਪ੍ਰਾਊਡ ਟੂ ਬੀ ਸਿੱਖ ਮੈਂ ਜਿਹੜੀ ਪੱਗ ਸਜਾਈ ਹੈ ਇਹ ਮੈਨੂੰ ਗੁਰੂ ਸਾਹਿਬਾਨ ਨੇ ਬਖਸ਼ੀ ਹੋਈ ਹੈ ਤੇ ਮੈਂ ਇਸ ਸਿੱਖ ਹੋਂਦ ਦੇ ਨਾਤੇ ਜੋ ਉਸ ਬੀਬੀ ਨੇ ਜੋ ਬਤੌਰ ਉਸ ਐਮਐਲਏ ਨੇ ਇਹ ਜੋ ਕੀਤਾ ਉਹਨੇ ਸਾਡੇ ਧਰਮ ਦੇ ਉੱਤੇ ਕਟਾਸ਼ ਕਰਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ ਅਸੀਂ ਉਹਦੇ ਲਈ ਇਥੋਂ ਦੀ ਕਾਨੂੰਨ ਕਿਉਂਕਿ ਇਹ ਜਿਹੜੀ ਵੀਡੀਓ ਹੈ ਬਹੁਤ ਜ਼ਿਆਦਾ ਵਾਇਰਲ ਹੋ ਚੁੱਕੀ ਹੈ ਅਸੀਂ ਵੀ ਆਪਣੇ ਫੋਨ ਦੇ ਉੱਤੇ ਜਦੋਂ ਇਹ ਦੇਖੀ ਹੈ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ ਅਸੀਂ ਆਪਣਾ ਜਿਹੜਾ ਮੌਜੂਦਾ ਸਾਡਾ ਇਥੋਂ ਦੀ ਜਿਹੜੀ ਜੂਡਿਕਸ਼ਨ ਹੈ ਜਿਹੜੀ ਸਾਡਾ ਸੀਪੀ ਸਾਹਿਬ ਨੇ ਅਸੀਂ ਉਹਨਾਂ ਕੋਲੇ ਇਸ ਗੱਲ ਦੀ ਕੰਪਲੇਂਟ ਦਿਆਂਗੇ ਔਰ ਉਹਦੇ ਉੱਤੇ ਪਰਚਾ ਦਰਜ ਕਰਾਵਾਂਗੇ ਜੇ ਕੋਈ ਅੱਗੋਂ ਵੀ ਕੋਈ ਇਹੋ ਜਿਹੀ ਹਰਕਤ ਕੋਈ ਵੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਜੇ ਸਾਡੇ ਸਿੱਖ ਧਰਮ ਦੇ ਉੱਤੇ ਕੋਈ ਉਹ ਕਟਾਸ਼ ਕਰੇਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਅੱਜੀ ਹਰ ਜਗ੍ਹਾ ਕਿਸੇ ਸਿੱਖ ਨੂੰ ਕਿਸਾਨ ਅੰਦੋਲਨ ਦੀ ਵੀ ਗੱਲ ਕਰੋ ਕਿਸਾਨ ਉਥੇ ਪ੍ਰਦਰਸ਼ਨ ਕਰ ਰਹੇ ਨੇ ਲੇਕਿਨ ਉਹਨੂੰ ਖਾਲਸਤਾਨੀ ਕਿਹਾ ਜਾਂਦਾ ਕੀ ਕਹਿਣਾ ਹੈ ਤੁਹਾਡਾ ਇਸ ਬਾਰੇ ਕਿ ਇਹ ਜਿਹੜਾ ਕੱਲ ਐਪੀਸੋਡ ਹੋਇਆ ਜੋ ਕੱਲ ਹੋਇਆ ਇੱਕ ਆਈਪੀਐਸ ਅਧਿਕਾਰੀ ਨਾਲ ਕਿੰਨਾ ਗੁੱਸਾ ਤੁਹਾਡੇ ਮਨ ਜਾਈ ਵਾਈ ਗੁਰਜੀਕਾ ਖਾਲਸਾ ਸਾਹਿਬ ਵਾਈ ਗੁਰਜੀਤਪਤੀ ਇੱਕ ਬੀਬੀ ਵੱਲੋਂ ਜਿਹੜਾ ਇੱਕ ਸਿੱਖ ਆਈਪੀਐਸ ਅਫਸਰ ਨੂੰ ਗਿਆ ਖਾਲਸਤਾਨੀ ਪਹਿਲੀ ਗੱਲ ਇਹ ਵੀ ਸਿੱਖ ਦਸਤਾਰ ਸਿੱਖ ਸਾਡੇ ਗੁਰੂ ਸਾਹਿਬ ਵੱਲੋਂ ਬਖਸ਼ਿਆ ਕਿ ਤਾਜ ਹੈ ਦਸਤਾਰ ਨੂੰ ਦੇਖ ਕੇ ਕੋਈ ਖਾਲਸਾ ਕਹਿੰਦੀ ਸਾਨੂੰ ਖਾਲਸਤਾਨੀ ਉਹਨਤੇ ਮਾਣ ਹੈ ਦੂਸਰੀ ਗੱਲ ਖਾਸ ਰਾਜ ਦੀ ਗੱਲ ਕਰਨੀ ਕਿਹੜਾ ਗੁਨਾਹ ਹੈ ਜੇ ਗੱਲ ਕਰਦੇ ਵੀ ਨੇ ਜਿਹੜੇ ਅਸੀਂ ਉਹਨੂੰ ਹੀ ਮਾਨ ਕਰਦੇ ਆ ਸਾਡੇ ਗੁਰੂ ਸਾਹਿਬ ਨੇ ਜੋ ਸੇਰੇ ਆਪਾਂ ਅਰਦਾਸ ਕਦੇ ਸ਼ਾਮ ਨੂੰ ਅਰਦਾਸ ਕਰਦੇ ਆ ਇੱਕ ਦੁਹਰਾ ਪੜਦੇ ਆ ਰਾਜ ਕਰੇਗਾ ਖਾਸਾ ਆਕੀ ਰਹੇ ਨਾ ਕੋਈ ਉਹਦੇ ਜੀ ਗੁਰੂ ਸਾਹਿਬ ਨੇ ਰਾਜ ਦੀ ਗੱਲ ਕੀਤੀ ਏ ਦੂਸਰੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਇਨਸੀ ਗਰੀਬ ਸਿੱਖਨ ਕੋ ਦੂ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਗੁਰੂ ਸਾਹਿਬ ਨੇ ਉੱਥੇ ਵੀ ਗੱਲ ਕੀਤੀ ਖਾਸ ਰਾਜ ਦੀ ਹਾਂ ਖਾਸ ਰਾਜ ਇਹ ਨਹੀਂ ਸੀ ਲੜਗੇ ਨਹੀਂ ਲੈਣਾ ਸਿੱਖੀ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ ਜੀ ਹਾਂ ਜੀ ਬਿਲਕੁਲ ਜਿਵੇਂ ਹੁਣ ਅੱਜ ਇੱਕ ਆਈਪੀਐਸ ਅਧ ਪਾਈ ਚਾਰੇ ਦੇ ਬਹੁਤ ਬੈਠੇ ਨੇ ਜਵਾਨ ਨੇ ਉਹਨਾਂ ਨੂੰ ਕਿੰਨਾ ਕੋ ਅਸਰ ਹੋਏਗਾ ਇਹੋ ਜੀ ਜਿਹੜੀ ਇਹ ਗੱਲ ਹੋਈ ਜਾਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਬੰਗਾਲ ਵਿੱਚ ਹੋਇਆ ਉਹ ਬੀਬੀ ਨੇ ਬਹੁਤ ਹੀ ਨਿੰਦਨਯੋਗ ਘਟਨਾ ਕੀਤੀ ਹੈ ਇੱਕ ਪੱਗ ਵਾਲੇ ਨੂੰ ਕਿਹਾ ਕੋ ਖਾਲਸਤਾਨੀ ਹੈ ਇਹ ਸਹਾਣਾ ਫਿਰ ਇਸ ਦੇਸ਼ ਨੂੰ ਖਾਲਸਤਾਨੀ ਬਚਾਉਂਦੇ ਪਏ ਆ ਇਸ ਦੇਸ਼ ਲਈ 90% ਕੁਰਬਾਨੀਆਂ ਖਾਲਸਤਾਨੀਆਂ ਨੇ ਕੀਤੀਆਂ ਵਾ ਜਿਨ੍ਹਾਂ ਨੇ ਦਸਤਾਰ ਸਾਰ ਸਜਾਈਆਂ ਵਾ ਇਹ ਅੱਜ ਕੱਲ ਦੀ ਉੱਠੀ ਬੀਬੀ ਸਾਨੂੰ ਸਿੱਖਾਂ ਨੂੰ ਇਹੋ ਟੌਰਚਰ ਦਾ ਨਾਮ ਲਈਏ ਪਰ ਸਾਨੂੰ ਪਗ ਮੰਨਦੇ ਮਾਨ ਹੈ ਜੇ ਅਸੀਂ ਪਗ ਬਣ ਕੇ ਖਾਲਸਤਾਨੀਆਂ ਖਾਲਸਤਾਨੀ ਠੀਕਾਂ ਜਦੋਂ ਦੇਖ ਦੇ ਵਿੱਚ ਕੋਈ ਪੁਚਾ ਲਾਂਦਾ ਕੋਈ ਵੀ ਪਤਾ ਹੁੰਦੀ ਏ ਉਹ ਪੱਗਾਂ ਵਾਲੇ ਜਾ ਕੇ ਅੱਗੇ ਜਾ ਕੇ ਮਦਦ ਕਰਦੇ ਏ ਚਾਹੇ ਕਿਸੇ ਰੂਪ ਵਿੱਚ ਜਾਣ ਚਾਹੇ ਉਹ ਫਾਈਨਾਂਸ ਨਹੀਂ ਮਦਦ ਕਰਨ ਚਾਹੇ ਉਹ ਲੰਗਰ ਲਾਣ ਜਾਂ ਕੇ ਉਹ ਹੈਲਪ ਕਰਨ ਉਹ ਪੱਗਾਂ ਵਾਲੇ ਹੀ ਕੰਮ ਕਰਦੇ ਆ ਇਹ ਦੱਸੋ ਜਿਹੜੇ ਜਿਹੜੇ ਬਕਵਾਸ ਕਰਦੇ ਹੈਗੇ ਕਦੀ ਰੋਡ ਤੇ ਆਏ ਹੈ ਕੀ ਕੀਤਾ ਦੇਸ਼ ਲਈ ਦੇਸ਼ ਲਈ ਕੀਤਾ ਸਿਰਫ ਇਹ ਇਹਨਾਂ ਦੀ ਜਰੋਂ ਦੀ ਬੀਜੇਪੀ ਸਰਕਾਰ ਆਈ ਏ ਇਹਨਾਂ ਨੇ ਸਿਰਫ ਇੱਕ ਧਰਮ ਦੀ ਲੜਾਈ ਲੜੀ ਏ ਇੱਕ ਦੂਜੇ ਨੂੰ ਟੌਰਚ ਕਰਦੇ ਏ ਕਦੀ ਮੁਸਲਮਾਨ ਨੂੰ ਮਦਮਾ ਬਣਾ ਲਿਆ ਕਦੀ ਸਿੱਖਾਂ ਨੂੰ ਬਣਾ ਲਿਆ ਸਿਰਫ ਇਹੋ ਕੰਮ ਕਰਦੇ ਆ ਹੋਰ ਇਹਨਾਂ ਨੇ ਭਲਾਈ ਵਾਲਾ ਕੰਮ ਕੋਈ ਨਹੀਂ ਕੀਤਾ ਹੈਗਾ ਬਾਕੀ ਜਿਹੜੇ ਹੁ ਸਰਦਾਰ ਜੇ ਸਿੱਖ ਹੈ ਜੋ ਉਹਨੇ ਡਰ ਕੇ ਆਪਣੀ ਗੱਲ ਦਾ ਪਹਿਲਾ ਦਿੱਤਾ ਕਿ ਮੈਂ ਤਾਂ ਸਾਥ ਬੰਨੀ ਹੈ ਤੇ ਮੈਂ ਪਹਿਲਾ ਸਰਕਾਰੀ ਅਫਸਰ ਹੀ ਹਗਵਾ ਪਰ ਮੈਂ ਆਪਣੀ ਗੁਰੂ ਦਾ ਤਾਜ ਮੇ ਸਿਰ ਤੇ ਰੱਖਿਆ ਹੋਇਆ ਵਾ ਪਰ ਇਹੋ ਜਿਹਿਆਂ ਜਿਹੜੀਆਂ ਬੀਬੀਆਂ ਹੈਗੀਆਂ ਜਿਨ੍ਹਾਂ ਨੂੰ ਨਹੀਂ ਬੋਲੋ ਤੇ ਵਿੱਚ ਭਾਜਪੀ ਨੂੰ ਇਹੋ ਜੇ ਲੀਡਰ ਨਹੀਂ ਲੈਣਾ ਚਾਹੀਦੇ ਇਹਨਾਂ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਵਾ ਅਸੀਂ ਸਿੱਖ ਪਾਲ ਮਿਲਕ ਮਿੱਟੀ ਵੱਲੋਂ ਇਹਨਾਂ ਦੇ ਜ਼ਿਲ੍ਹੇ ਵਿੱਚ ਪਰਚਾ ਦੱਚ ਕਰਾਵਾਂਗੇ ਹਾਂਜੀ ਚੱਡਾ ਸਾਹਿਬ ਇੱਕ ਗੱਲ ਦੱਸੋ ਜਿਹੜੇ ਬਹੁਤ ਕਿਦਾ ਸਿਨਾਵਾ ਨੇ ਜਾਂ ਪੁਲਿਸ ਦੇ ਵਿੱਚ ਸਿੱਖ ਨੇ ਉਹਨਾਂ ਦੇ ਵੀ ਮਾਨਸਿਕ ਦਬਾਅ ਤਾਂ ਪੈਂਦਾ ਨੇ ਕਿ ਇਹੋ ਜੀ ਗੱਲ ਕਰਕੇ ਉਹ ਆਪਣੀ ਡਿਊਟੀ ਸਹੀ ਤਿੱਕ ਦਿਨਵਾ ਰਹੇ ਨੇ ਉਹਨਾਂ ਦੇ ਦਬਾਅ ਕਿੱਦਾਂ ਦਾ ਰਹੇਗਾ ਦੇਖੋ ਇਹ ਜਿਹੜ ਨੇਗੇਟਿਵ ਵਾਲਾ ਮੈਸੇਜ ਹੈ ਨਾ ਇਹ 네ਗੇਟਿਵ ਮੈਸੇਜ ਹਰ ਇੱਕ ਸਿੱਖ ਦੇ ਜਿਹੜਾ ਵੀ ਆਪਣੇ ਨਾਂ ਨਾਲ ਸਿੰਘ ਲਿਖਦਾ ਹੈ ਜਾਂ ਜਿਹੜਾ ਕੋਈ ਦਸਤਾਰ ਸਜਾਂਦਾ ਹੈ ਜਾਂ ਜਿਹੜਾ ਪਗੜੀਧਾਰੀ ਚਾਹੇ ਉਹ ਬੀਐਸਐਫ ਚਾਹੇ ਚਾਹੇ ਉਹ ਆਰਮੀ ਚਾਹੇ ਚਾਹੇ ਪੰਜਾਬ ਪੁਲਿਸ ਚਾਹੇ ਜਾਂ ਉਹ ਕਿਸੇ ਵੀ ਇੱਕ ਜਿਹੜੀਆਂ ਇਨਵੈਸਟੀਗੇਸ਼ਨ ਏਜੰਸੀਆਂ ਨੇ ਉਹਨਾਂ ਦੇ ਵਿੱਚ ਹੈ ਉਹਨਾਂ ਸਾਰਿਆਂ ਦੇ ਹਿਰਦੇ ਵਲੁੰਧਰੇ ਗਏ ਹੋਣਗੇ ਕਿ ਇੱਕ ਆਈਪੀਐਸ ਅਫੀਸਰ ਜਿੰਨੂੰ ਕੀ ਸੈਂਟਰ ਸਰਕਾਰ ਜਿਹੜੀ ਕਿ ਭਾਜਪਾ ਸਰਕਾਰ ਉਹਨੂੰ ਜੇ ਅਪਾਇੰਟ ਕਰਦੀ ਹੈ ਔਰ ਉਹਨੂੰ ਜੇ ਉਹ ਸੇਵਾ ਕਰਨ ਦਾ ਮੌਕਾ ਦਿੱਤਾ ਜਾਂਦਾ ਤੇ ਉਹਨੂੰ ਇੱਕ ਪਿੰਨ ਪੁਆਇੰਟ ਕਰਕੇ ਉਹਨੂੰ ਇੱਕ ਆਈਪੀਐਸ ਅਫਸਰ ਨੂੰ ਜੇ ਇਹੋ ਜੀਆਂ ਦਿਮਾਗ ਤੋਂ ਹਲਕੀਆਂ ਔਰਤਾਂ ਜੀ ਦਿਮਾਗ ਤੋਂ ਹਲਕੇ ਵਰਕਰ ਤੇ ਜਾਂ ਜਿਹੜੇ ਕੀ ਆਪਣੇ ਆਪ ਨੂੰ ਬਿਲਕੁਲ ਉਹ ਹਿੰਦੂ ਰਾਸ਼ਟਰ ਦੀ ਇੱਕ ਦਿਮਾਗ 'ਚ ਇੱਕ ਸੋਚ ਬਿਠਾਉਣ ਵਾਲੇ ਉਹਨਾਂ ਨੂੰ ਚਾਹੀਦਾ ਹੈ ਕਿ ਹਰ ਇੱਕ ਧਰਮ ਦਾ ਆਦਰ ਸਤਕਾਰ ਕਰੋ ਜੇ ਨਹੀਂ ਕਰੋਗੇ ਇਹ ਵਖਰੇਵੇਂ ਹੋਰ ਵੱਧੇ ਜਾਣਗੇ ਅਸੀਂ ਆਪਣੇ ਵੱਲੋਂ ਸਿੱਖ ਤਾਲਮੇਲ ਕਮੇਟੀ ਵੱਲੋਂ ਇਹ ਉਪਰਾਲਾ ਔਰ ਅਪੀਲ ਕਰਨਾ ਚਾਹੁੰਦੇ ਆ ਕਿ ਇਹੋ ਜੀਆਂ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਇਹੋ ਜੇ ਵਰਕਰਾਂ ਨੂੰ ਉਹ ਨਕੇਲ ਪਾਣ ਔਰ ਖਾਸ ਕਰ ਜੇ ਕੋਈ ਇਹਨਾਂ ਦਾ ਕੋਈ ਐਮਐਲਏ ਜਾਂ ਐਮਪੀ ਜਾਂ ਕੋਈ ਇਹਨਾਂ ਦਾ ਕੋਈ ਆਫਿਸ ਬੇਰ ਲੀਡਰ ਹੈ ਤਾਂ ਉਹਨੂੰ ਆਪਣੀ ਪਾਰਟੀ ਚੋਂ ਬਰਖਾਸਤ ਕਰਨ ਇਹ ਮੈਂ ਆਪਣੇ ਵੱਲੋਂ ਮੈਸੇਜ ਜ਼ਰੂਰ ਦਿੰਦਾ ਹਾਂ ਅੱਛਾ ਇੱਕ ਗੱਲ ਕਰਦਿਆਂ ਕਿ ਲਗਾਤਾਰ ਇਹ ਹੋ ਰਿਹਾ ਭਵਿੱਖ ਵਿੱਚ ਇਦਾਂ ਨਾ ਹੋਵੇ ਇਸ ਲਈ ਕੀ ਕਰਨਾ ਚਾਹੀਦਾ ਤੁਹਾਨੂੰ ਜਾਂ ਸਰਕਾਰਾਂ ਨੂੰ ਇਹ ਭਾਜੀ ਗੱਲ ਇੱਕ ਇਹ ਹੈਗੀ ਹੈ ਵੀ ਇਹਨਾਂ ਦੀ ਇਹ ਇਹਨਾਂ ਦੀ ਸੋਚ ਵਿੱਚ ਸਿੱਖ ਵਰਉਦੀ ਹੈ ਇੱਕ ਘੱਟ ਗਿਣਤੀ ਦੇ ਖਿਲਾਫ ਭਾਵੇਂ ਸਿੱਖ ਹੋਣ ਮੁਸਲਮਾਨ ਹੋਣ ਜਾਂ ਦਲਿਤ ਹੋਣ ਭਾਜੀ ਜੀ ਪੀ ਦੇ ਅੰਦਰ ਇੱਕ ਭਰਿਆ ਗਿਆ ਵੀ ਇਹਨਾਂ ਨਫ਼ਰਤ ਕਰਨ ਦੀਆਂ ਪਾਸ਼ਾ ਭਰੀਏ ਸਾਨੂੰ ਸਾਰਿਆਂ ਸਿੱਖਾਂ ਨੂੰ ਸਿੱਖੀ ਦੇ ਇਸ ਜਦੋਂ ਇਦਾਂ ਦੀ ਗੱਲਾਂ ਕਰਦੇ ਸਿੱਖੀ ਦੇ ਹੋਰ ਪ੍ਰਚਾਰ ਲਈ ਅੱਗੇ ਆਣੇ ਚਾਹੀਦਾ ਘਰ ਘਰ ਜਾ ਕੇ ਦਸਤਾਰ ਦੀ ਗੱਲ ਕਰਨੀ ਚਾਹੀਦੀ ਗੁਰਬਾਣੀ ਦੀ ਗੱਲ ਕਰਨੀ ਚਾਹੀਦੀ ਅਜੀ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੇ ਸਿੱਖ ਭਰਾਵਾਂ ਨੂੰ ਕੀ ਕਰਨਾ ਚਾਹੀਦਾ ਇਸ ਨੂੰ ਲੈ ਕੇ ਸ਼ਾਂਤੀਪੂਰਵਕ ਵੱਧ ਤੋਂ ਵੱਧ ਸਿੱਖ ਪੱਗ ਬੰਨਣ ਵੱਧ ਤੋਂ ਵੱਧ ਪਾਗ ਜਿਨ੍ਹਾਂ ਨੂੰ ਇਹ ਤਕਲੀਫ ਹੁੰਦੀ ਨਾ ਅਸੀਂ ਜੇ ਪੱਗ ਬੰਨ ਕੇ ਖਾਲਸਤਾਨੀ ਅਸੀਂ ਖਾਲਸਤਾਨੀ ਹੈਗੇ ਆ ਅਸੀਂ ਵੱਧ ਤੋਂ ਅਸੀਂ ਆਪਣੀ ਸਿੱਖ ਤਾਲ ਮਿਲਕ ਮਿੱਟੀ ਵਾਲੇ ਪ੍ਰਚਾਰ ਕਰਾਂਗੇ ਵੱਧ ਤੋਂ ਵੱਧ ਦਸਤਾਰਾ ਜੀ ਦਸਤਾਰਾ ਸਿ ਐਂ ਜਾਂ ਅਸੀਂ ਦਸਤਾਰਾਂ ਦੇ ਕੈਂਪ ਵੀ ਲਗਾਵਾਂਗੇ ਜਿਨ੍ਹਾਂ ਨੂੰ ਕਿਸੇ ਤਕਲੀਫ ਹੈ ਸਾਨੂੰ ਆ ਕੇ ਹੱਲ ਕਰ ਲੈ ਆਖੇ ਅੱਜ ਬਿਲਕੁਲ ਤੁਸੀਂ ਦੇਖਿਆ ਕਿ ਕੱਲ ਜਿਹੜਾ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਕਿਹਾ ਗਿਆ ਹੈ ਉਸ ਨੂੰ ਲੈ ਕੇ ਸਿੱਖ ਪਾਲ ਮਿਲਕ ਕਮੇਟੀ ਵਿਰੋਧਕਾਰੀ ਹੈ ਤੇ ਕਾਨੂੰਨੀ رائے ਲੈਣ ਤੋਂ ਬਾਅਦ ਉਹ ਕੰਪਲੇਂਟ ਵੀ ਦਰਜ ਕਰਾਣਗੇ ਤੇ ਇਸ ਦੇ ਨਾਲ ਹੀ ਉਹ ਚਾਹੁੰਦੇ ਨੇ ਕਿ ਜਿਹੜੇ ਸਿੱਖ ਨੇ ਉਹ ਜ਼ਿਆਦਾਤਰ ਪੱਗਾਂ ਮੰਨ ਜੇ ਇਹਨਾਂ ਨੇ ਇਹ ਵੀ ਗੱਲ ਕਹੀ ਕਿ ਜੇ ਸਿੱਖ ਪੱਗ ਬੰਦਾ ਇਹ ਖਾਲਿਸਤਾਨੀ ਹੈ ਤਾਂ ਹਾਂ ਅਸੀਂ ਖਾਲਿਸਤਾਨੀ ਹਾਂ ਕੈਮਰਾਮਨ ਪ੍ਰਥਮ ਦੇ ਨਾਲ ਪਰਮਜੀਤ ਸਿੰਘ ਰਾਗਪੁਰੀ ਵਾਈਸੋ ਪੰਜਾਬ ਜਲੰਧਰ